ਵਿਆਹ ਵਾਲੀ ਟੋਲੀ ਤੋਰਨ ਵੇਲੇ ਲਾੜੀ ਦੇ ਮੱਥੇ ਚ ਵੱਜੀ ਗੋਲੀ ਪੈਲੇਸ ਚ ਪੈ ਗਿਆ ਚੀਕ ਚਹਾੜਾ ਕਿਸੇ ਸਿਰਫਿਰੇ ਨੇ ਕਰਤਾ ਕਾਰਾ ਸੁਣੋ ਪੂਰੀ ਕੀ ਹੈ ਖਬਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿੱਚ ਵਿਆਹ ਹੋਣ ਤੋਂ ਬਾਅਦ ਜਦ ਲੜਕੀ ਦੀ ਵਧਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਲਾੜੀ ਦੇ ਮੱਥੇ ਉੱਤੇ ਗੋਲੀ ਲੱਗਣ ਤੇ ਲਾੜੀ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਲੜਕੀ ਦਾ ਵਿਆਹ ਸਮਾਗਮ ਸੀ ਅਤੇ ਉੱਥੇ ਵਧਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਗੋਲੀ ਵਿਆਹ ਵਾਲੀ ਲੜਕੀ ਦੇ ਮੱਥੇ 'ਚ ਜਾ ਲੱਗੀ ਲੜਕੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਕਿ ਗੋਲੀ ਕਿਸਨੇ ਚਲਾਈ ਹੈ ਉੱਥੇ ਹੀ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੇ ਸਿਰ ਉੱਤੇ ਗੋਲੀ ਲੱਗੀ ਹੋਈ ਹੈ ਅਤੇ ਅਜੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗੋਲੀ ਲੱਗ ਗਈ ਏਦਾਂ ਤੇ ਅਸੀਂ ਫਟਾਫਟ ਲੈ ਗਏ ਕੋਈ ਇਹਦੇ ਵਿੱਚ ਸਾਨੂੰ ਸਮਝ ਨਹੀਂ ਆਈ ਇਸ ਚੀਜ਼ ਦੇ ਵਿੱਚ ਕੀ ਹੋਇਆ ਗੋਲੀ ਜਿਹਨੂੰ ਲੱਗੀ ਕੌਣ ਸੀ ਉਹ ਸਿਸਟਰ ਮੇਰੀ ਤੇ ਇਹ ਕੀ ਦੁਲਨ ਸੀ ਹਾਂਜੀ ਹਾਂਜੀ ਦੁਲਨ ਸੀ ਭੱਜੀ ਕਿਵੇਂ ਭੱਜੀ ਕੀ ਹੋਇਆ ਪਤਾ ਹੀ ਨਹੀਂ ਜਨਾਬ ਕੀ ਬਣਿਆ ਭੀੜ ਹੈਗੀ ਸੀ ਡੋਲੀ ਤੋਰਨ ਲੱਗੇ ਸਮਝ ਨਹੀਂ ਆਈ ਕੀ ਬਣਿਆ ਹੁਣ ਹਾਲਾਤ ਤਾਂ 50-50 ਹੈ ਮੈਨੂੰ ਯਾਦ ਵਿੱਚ ਆਇਆ ਸੀ ਅਤੇ ਕੋਈ ਪਤਾ ਨਹੀਂ ਲੱਗਿਆ ਕਿ ਕਿਹੜੇ ਕੀ ਹੋਇਆ ਕੀ ਨਹੀਂ ਹੋਇਆ ਹਾਦਸੇ ਦਾ ਕੋਈ ਪਤਾ ਨਹੀਂ ਲੱਗਿਆ ਅਤੇ ਉਦੋਂ ਪਤਾ ਲੱਗਿਆ ਅਸੀਂ ਅੰਦਰ ਬਹਿ ਰਹੇ ਸੀ ਰੋਟੀ ਖਾ ਰਹੇ ਸੀ ਤਾਂ ਲੇਡੀਜ਼ ਆਈ ਉਹਨੇ ਕਿਹਾ ਵੀ ਇਸ ਤਰ੍ਹਾਂ ਤਰ੍ਹਾਂ ਗੁੜੀਆਂ ਨੂੰ ਵਿਆਹ ਵਾਲੀ ਨੂੰ ਗੋਲੀ ਲੱਗ ਬਸ ਇੰਨੇ ਹਾਂਜੀ ਹਾਂ ਦੁਲਨ ਹਾਂਜੀ ਸਰ ਹਾਂਜੀ ਦੁਲਨ ਹਾਂਜੀ ਕੋਈ ਨਹੀਂ ਸਰ ਕੋਈ ਹਾਂਜੀ ਕੁੜੀ ਆ ਜਾਏ ਤਾਂ ਠੀਕ ਹੈ ਸਰ ਜਦੋਂ ਡੋਲੀ ਤੋਰਨ ਲੱਗੀ ਸੀ ਉਦੋਂ ਇਹ ਡੋਲੀ ਜਦੋਂ ਤੋਰਨ ਲੱਗੀ ਉਦੋਂ ਕਿਤੇ ਹੋਇਆ ਸਰ ਹਾਂਜੀ ਸਰ ਉਹ ਕਹਿ ਰਹੇ ਜੀ ਤਾਂ ਰੈਫਰ ਕੀਤਾ ਮੈਂ ਵੀ ਇੱਥੇ ਆਇਆ ਸਰ ਕੀ ਨਾਮ ਤੁਹਾਡਾ ਜੀ ਮੈਂ ਸਰ ਕੁਲਦੀਪ ਸਿੰਘ ਕੀ ਲੱਗਦੇ ਤੁਹਾਡੇ ਕੋਲ ਸਰ ਮੇਰੀ ਇਹਨਾਂ ਨਾਲ ਬੇਟੀ ਜਾਈ ਮੈਂ ਵੀ ਵਿਆਹ ਦੇ ਵਿੱਚ ਸ਼ਾਮਲ ਆ ਗਿਆ ਹਾਲਤ ਇਹਨਾਂ ਦੀ ਕ੍ਰਿਟੀਕਲ ਆ ਬਾਕੀ ਇਲਾਜ ਚੱਲ ਰਿਹਾ ਮੈਰਿਜ ਪੈਲੇਸ ਹੈ ਇੱਥੇ ਬਲਜਿੰਦਰ ਕੌਰ ਨਾਂ ਦੀ ਲੜਕੀ ਦਾ ਵਿਆਹ ਸੀਗਾ ਹਸਨ ਢੁੱਡ ਪਿੰਡ ਦੀ ਰਹਿਣ ਵਾਲੀ ਉਹਦੇ ਪਿਤਾ ਦਾ ਨਾਮ ਬਾਜ ਸਿੰਘ ਹੈ ਜਦੋਂ ਡੋਲੀ ਚੱਲਣ ਲੱਗੀ ਤਾਂ ਉੱਥੇ ਸ਼ਾਮਿਲ ਲੋਕਾਂ ਵੱਲੋਂ ਕਿਸੇ ਵੱਲੋਂ ਫਾਇਰ ਕੀਤਾ ਗਿਆ ਜੋ ਲੜਕੀ ਦੇ ਸਿੱਧਾ ਮੱਥੇ ਦੇ ਵਿੱਚ ਲੱਗਿਆ ਵਿਆਹ ਵਾਲੀ ਲੜਕੀ ਦੇ ਅਤੇ ਜਿਹੜੀ ਹੁਣ ਹਸਪਤਾਲ ਦਾਖਲ ਹੈ ਹਾਲਤ ਇਹਦੀ ਨਾਜ਼ੁਕ ਹੈ ਬਾਕੀ ਇਹ ਜਿਹੜੀ ਬਰਾਤ ਆਈ ਸੀ ਇਹ ਸਰਹਾਲੀ ਪਿੰਡ ਜੋ ਕਿ ਤਰਨ ਤਾਰਨ ਵਿਖੇ ਹੈ ਉੱਥੋਂ ਆਈ ਸੀ